ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਦੇਖੋ ਮੈਂ ਬਣਾਇਆ ਹੈਗਾ ਲੱਛਾ ਪਰਾਂਠਾ, ਅਤੇ ਨਾਲੇ ਤੇ ਬਣਾਈ ਹੈਗੀ ਮੈਂ ਆਲੂ ਗਾਜਰ ਅਤੇ ਮੇਥੀ ਦੀ ਸਬਜ਼ੀ। ਬਹੁਤ ਹੀ ਟੇਸਟੀ ਸਬਜ਼ੀ ਬਣੀ ਹੈ, ਬਹੁਤ ਹੀ ਵਧੀਆ ਪਰਾਂਠਾ ਬਣਿਆ। ਦੇਖੋ ਕਿਵੇਂ ਲੱਛੇ ਵਾਲਾ ਪਰਾਂਠਾ, ਬਿਲਕੁਲ ਲੱਛੇ ਬਣੇ ਆ, ਬਿਲਕੁਲ ਸਿੰਪਲ ਜਿਹਾ ਪਰਾਂਠਾ ਬਣਾਇਆ ਆ। ਬਹੁਤ ਟੇਸਟੀ ਹੈਗੀ ਇਹ ਵੀਡੀਓ। ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਿਓ ਪਲੀਜ਼। ਅਤੇ ਜਿਹੜਾ ਵਿਊਅਰਸ ਮੇਰਾ ਚੈਨਲ ਦੇਖਦੇ, ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ, ਪਲੀਜ਼ ਚੈਨਲ ਨੂੰ ਨਾਲ ਸਬਸਕ੍ਰਾਈਬ ਵੀ ਕਰ ਲਓ, ਨਾਲ ਛੋਟੀ ਜਿਹੀ ਬੈੱਲ ਹੈਗੀ ਉਹਨੂੰ ਵੀ ਪ੍ਰੈਸ ਕਰ ਲਓ, ਤਾਂ ਜੇ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਪਰ ਪਲੀਜ਼ ਵੀਡੀਓ ਪੂਰੀ ਦੇਖਿਓ, ਐਂਡ ਤੱਕ ਦੇਖਿਓ, ਤਾਂ ਤੁਹਾਨੂੰ ਹਰ ਇੱਕ ਸਟੈਪ ਦਾ ਪਤਾ ਚੱਲੂਗਾ। ਅਤੇ ਨਾਲ ਅਦਰਕ ਦਾ ਅਚਾਰ, ਬਹੁਤ ਹੀ ਕਰਾਰੀ ਸਬਜ਼ੀ, ਜਿਵੇਂ ਗਾਜਰ ਦੀ ਸਬਜ਼ੀ ਮਿੱਠੀ ਬਣ ਜਾਂਦੀ ਆ, ਬਹੁਤ ਹੀ ਕਰਾਰੀ ਬਣੀ ਆ। ਇਹਦੇ ਲਈ ਦੇਖੋ ਕੀ ਕੀ ਸਮਾਨ ਲਿਆਇਆ ਮੈਂ। ਗਾਜਰ ਕੱਟੀ ਆ ਬਰੀਕ ਥੋੜ੍ਹੀ ਜਿਹੀ, ਅਤੇ ਆਲੂ ਕੱਟੇ ਨੇ, ਅਤੇ ਨਾਲ ਮੈਂ ਕੱਟੀ ਹੈਗੀ ਮੇਥੀ, ਬਰੀਕ ਮੇਥੀ ਕੱਟ ਲਈ ਹੋਈ ਆ। ਤੋੜ ਕੇ ਸਭ ਕੁਛ ਮੈਂ ਧੋ ਕੇ ਸਵਾਰ ਲਿਆ ਹੋਇਆ ਆ, ਸਾਰਾ ਸਮਾਨ ਤਿਆਰ। ਇਹ ਹੈਗੇ ਆ ਪਿਆਜ਼, ਅਦਰਕ ਕੱਟਿਆ ਮੋਟਾ ਮੋਟਾ, ਬਰੀਕ ਵੀ ਕੱਟ ਸਕਦੇ, ਮੋਟਾ ਵੀ ਤੁਸੀਂ ਕੁੱਟ ਕੇ ਹੀ ਪਾ ਸਕਦੇ ਹੋ, ਨਹੀਂ ਖਾਂਦੇ ਤਾਂ। ਅਦਰਕ ਨਾਲ ਜਿਹੜੀ ਸਬਜ਼ੀ ਕਰਾਰੀ ਬਣ ਜਾਂਦੀ ਹੈ। ਹਰੀ ਮਿਰਚ ਕੱਟੀ ਆ ਮੈਂ, ਅਦਰਕ ਜਿਹੜਾ ਪਾਉਂਦੇ ਆ ਤਾਂ ਉਹਦੇ ਨਾਲ ਮੈਂ ਟਮਾਟਰ ਨਹੀਂ ਪਾਊਂਗੀ ਇਹਦੇ ਵਿੱਚ, ਬਿਲਕੁਲ ਸਿੰਪਲ ਜਿਹੀ ਸਬਜ਼ੀ ਬਣਾਊਂਗੀ ਅਤੇ ਬਹੁਤ ਹੀ ਟੇਸਟੀ ਬਣੂੰਗੀ। ਸਭ ਤੋਂ ਪਹਿਲਾਂ ਤੇਲ ਗਰਮ ਕਰ ਲਿਆ ਮੈਂ ਇਹ 'ਚ, ਹੁਣ ਜੀਰਾ ਪਾਇਆ, ਜੀਰੇ ਤੋਂ ਬਾਅਦ ਆਲੂ ਪਿਆਜ਼ ਅਤੇ ਅਦਰਕ ਪਿਆਜ਼ ਔਰ ਹਰੀ ਮਿਰਚ ਨੂੰ ਜਿਹੜਾ ਕੱਟ ਕੇ ਰੱਖਿਆ ਸਾਰਾ ਸਮਾਨ ਵਿੱਚ ਪਾ ਕੇ ਥੋੜ੍ਹਾ ਜਿਹਾ ਭੁੰਨ ਲਊਂਗੀ। ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਸਬਜ਼ੀ ਬਣਾਈ ਅਤੇ ਬਹੁਤ ਹੀ ਕਰਾਰੀ 'ਚ ਸਬਜ਼ੀ ਬਣੀ ਆ, ਬਹੁਤ ਟੇਸਟੀ ਲੱਗ। ਸਰਦੀਆਂ 'ਚ ਇੱਦਾਂ ਦੀ ਸਬਜ਼ੀ ਬਹੁਤ ਸਵਾਦ ਲੱਗਦੀ ਆ। ਔਰ ਇਹਨੂੰ ਬਣਾਉਣਾ ਵੀ ਆਪਾਂ ਸਰ੍ਹੋਂ ਦੇ ਤੇਲ 'ਚ, ਕਿਉਂਕਿ ਸਰ੍ਹੋਂ ਦੇ ਤੇਲ 'ਚ ਜਿਹੜੀ ਸਬਜ਼ੀ ਆ ਸੁੱਕੀ ਬਹੁਤ ਵਧੀਆ ਬਣਦੀ ਆ। ਹੁਣ ਆਪਾਂ ਵੀ ਹਲਦੀ ਇਹ 'ਚ, ਹਲਦੀ ਤੁਸੀਂ ਧਿਆਨ ਰੱਖਣਾ ਬਹੁਤ ਜ਼ਿਆਦਾ ਨਹੀਂ ਪਾਉਣੀ, ਹਲਦੀ ਥੋੜ੍ਹੀ ਘੱਟ ਹੀ ਰੱਖਣੀ ਆ, ਕਿ ਬਹੁਤ ਗੂੜੀ ਜਿਹੀ ਸਬਜ਼ੀ ਦਾ ਕਲਰ ਨਾ ਹੋਵੇ, ਫਿਰ ਵਧੀਆ ਲੱਗਦਾ। ਲਾਲ ਮਿਰਚ ਪਾਈ, ਥੋੜ੍ਹੀ ਜਿਹੀ ਹਰੀਆਂ ਪਾਈਆਂ ਨੇ, ਅਤੇ ਪਾਇਆ ਸੇਂਦਾ ਨਮਕ, ਮੈਂ ਸੇਂਦਾ ਨਮਕ ਯੂਜ਼ ਕਰਦੀ, ਤੁਸੀਂ ਜਿਹੜਾ ਹੀ ਪਾਉਂਦੇ ਹੋ ਪਾ ਸਕਦੇ ਹੋ, ਸਵਾਦ ਦੇ ਹਿਸਾਬ ਨਾਲ ਨਮਕ ਪਾ ਲਓ। ਔਰ ਇਹਨਾਂ ਨੂੰ ਭੁੰਨ ਕੇ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਔਰ ਬਹੁਤ ਟੇਸਟੀ ਬਣੂੰਗੀ। ਬਸ ਤੁਸੀਂ ਇਹ ਟੈਪ ਐਂਡ ਤੱਕ ਦੇਖਣੀ ਵੀਡੀਓ, ਛੋਟੇ ਛੋਟੇ ਸਟੈਪਸ ਹੁੰਦੇ ਆ, ਉਹ ਵੀ ਧਿਆਨ ਰੱਖਣਾ ਆ। ਧਨੀਆ ਮੈਂ ਪਾਤਾ ਥੋੜ੍ਹਾ ਜਿਹਾ ਪੀਸਿਆ, ਧਨੀਆ ਪਾਊਡਰ ਪਾਤਾ ਵਿੱਚ, ਮਸਾਲਾ ਚੰਗੀ ਤਰ੍ਹਾਂ ਭੁੰਨ ਕੇ ਹਲਦੀ ਦਾ ਕਲਰ ਬਿਲਕੁਲ ਭੁੰਨ ਜਾਵੇ, ਜਿਹੜੀ ਹਲਦੀ ਕੱਚੀ ਨਾ ਰਹੇ। ਇਸ ਤੋਂ ਬਾਅਦ ਪਾ ਲਾਂਗੇ ਆਪਾਂ ਇਹ 'ਚ ਸਬਜ਼ੀ। ਸਭ ਤੋਂ ਪਹਿਲਾਂ ਪਾਊਂਗੀ ਆਲੂ ਅਤੇ ਗਾਜਰ ਜਿਹੜੇ ਕੱਟੇ ਆ ਉਹ ਪਾਊਂਗੀ ਮੈਂ, ਮੇਥੀ ਨਹੀਂ ਪਾਉਣੀ ਪਹਿਲਾਂ, ਇਹ ਥੋੜ੍ਹੀ ਜਿਹੀ ਪੱਕ ਜਾਣ ਅੱਧੀ ਕੁ, ਫਿਰ ਉਸ ਤੋਂ ਬਾਅਦ ਮੈਂ ਮੇਥੀ ਪਾਊਂਗੀ, ਕਿਉਂਕਿ ਮੇਥੀ ਜਿਹੜੀ ਬਹੁਤ ਜਲਦੀ ਬਣ ਜਾਣੀ ਆ ਔਰ ਆਲੂ ਗਾਜਰ ਨੂੰ ਟਾਈਮ ਲੱਗਦਾ ਆ। ਬਾਕੀ ਕੱਟਣ ਦਾ ਹੈਗਾ ਤੁਸੀਂ ਧਿਆਨ ਰੱਖਣਾ, ਗਾਜਰ ਬਹੁਤ ਜ਼ਿਆਦਾ ਮੋਟੀ ਨਹੀਂ ਕੱਟਣੀ ਹੈ, ਕਿਉਂਕਿ ਪੱਕਣੀ ਔਖੀ ਗਾਜਰ। ਆਲੂ ਵੀ ਅੱਜ ਕੱਲ੍ਹ ਨਵੇਂ ਆਉਂਦੇ ਆ, ਇਹ ਵੀ ਜਲਦੀ ਨਹੀਂ ਪੱਕਦੇ ਹੈਗੇ, ਇਸ ਕਰਕੇ ਥੋੜ੍ਹਾ ਧਿਆਨ ਨਾਲ ਇਹਨਾਂ ਨੂੰ ਕੱਟਣਾ ਹੈਗਾ ਤੁਸੀਂ। ਚੰਗੀ ਤਰ੍ਹਾਂ ਹਿਲਾ ਕੇ ਸਾਰੀ ਵਿੱਚ ਹਲਦੀ ਵਗੈਰਾ ਮਿਕਸ ਕਰਕੇ, ਮਸਾਲਾ ਚੂਰ ਪੂਰੀ ਤਰ੍ਹਾਂ ਸਬਜ਼ੀ ਵਿੱਚ ਮਿਕਸ ਹੋ ਜਾਵੇ, ਫਿਰ ਆਪਾਂ ਇਹਨੂੰ ਸਿਮ 'ਤੇ ਗੈਸ ਕਰਕੇ ਢੱਕ ਦਾਂਗੇ। ਪਾਣੀ ਬਿਲਕੁਲ ਨਹੀਂ ਪਾਉਣਾ ਇਹਦੇ ਵਿੱਚ, ਤੁਸੀਂ ਇੱਦਾਂ ਹੀ ਪਕਾਉਣੀ ਆ ਬਸ ਇਹ, ਨਹੀਂ ਤਾਂ ਫਿਰ ਜਿਹੜੀ ਪਾਣੀ 'ਚ ਰਿੱਝ ਕੇ ਗਾਜਰਾਂ 'ਚ ਮਿਠਾਸ ਜੀ ਆ ਜਾਂਦੀ ਆ। ਥੋੜ੍ਹੀ ਦੇਰ ਢੱਕੀ ਰੱਖਾਂਗੇ ਆਪਾਂ ਇਹਨੂੰ, ਥੋੜ੍ਹੇ ਦੇਰ ਬਾਅਦ ਦੇਖਦੇ ਹਾਂ। ਦੇਖੋ ਸਬਜ਼ੀ ਕਾਫੀ ਥੱਲੇ ਨੂੰ ਹੋ ਗਈ ਆ, ਅੱਧੀ ਕੁ ਹੋ ਗਈ ਹੋਈ ਆ, ਪੱਕ ਗਈ। ਹੁਣ ਆਪਾਂ ਇਹਦੇ 'ਚ ਪਾ ਦਾਂਗੇ ਮੇਥੀ, ਮੇਥੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਮੇਥੀ ਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਜਿਹੜਾ ਹੈਗਾ ਕੱਟਣਾ ਹੈਗਾ ਆ, ਤਾਂ ਜੋ ਵਿੱਚ ਮਿੱਟੀ ਜੀ ਕਈ ਵਾਰੀ ਹੁੰਦੀ ਹੈ, ਮਿੱਟੀ ਨਾ ਰਹੇ ਤਾਂ ਸਬਜ਼ੀ ਵਿੱਚ ਕਿਰਕ ਜੀ ਆ ਜਾਂਦੀ ਹੈ, ਫਿਰ ਟੇਸਟੀ ਨਹੀਂ ਲੱਗਣੀ ਤੁਹਾਨੂੰ। ਇਸ ਕਰਕੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ, ਮੇਥੀ ਨੂੰ ਵਿੱਚ ਕਰ ਦੇਣਾ ਮਿਕਸ ਇਹਦੇ, ਫਿਰ ਆਪਾਂ ਫਿਰ ਢੱਕ ਕੇ ਪਕਾਵਾਂਗੇ ਥੋੜ੍ਹੀ ਦੇਰ ਲਈ ਇਹਨੂੰ। ਸਾਰੀ ਮੇਥੀ ਮਿਕਸ ਹੋ ਗਈ ਹੋਈ ਆ, ਦੇਖੋ ਪਾਣੀ ਬਿਲਕੁਲ ਨਹੀਂ ਪਾਇਆ ਮੈਂ ਅਜੇ, ਜੋ ਸਬਜ਼ੀ ਰਿੱਝੂਗੀ ਥੋੜ੍ਹਾ ਜਿਹਾ ਪਾਣੀ ਆਪਾਂ ਪਾਵਾਂਗੇ, ਫਿਰ ਗ੍ਰੇਵੀ ਲਈ ਸਿਰਫ, ਅਤੇ ਸਬਜ਼ੀ ਦਾ ਸਾਰਾ ਪਾਣੀ ਖਤਮ ਹੋ ਜੂਗਾ, ਉਸ ਤੋਂ ਬਾਅਦ ਦੇਖਾਂਗੇ। ਸਬਜ਼ੀ ਕਾਫੀ ਰਿੱਝ ਗਈ ਹੋਈ ਆ, ਆਲੂ ਦੇਖੋ ਬਣ ਗਏ ਆ। ਇਹਦਾ ਟਾਈਮ ਵਿੱਚ ਕੋਈ ਲਿਮਿਟ ਨਹੀਂ ਹੁੰਦੀ ਹੈਗੀ, ਆਲੂ ਕਈ ਵਾਰੀ ਇੱਦਾਂ ਦੇ ਹੁੰਦੇ ਆ ਕਿ ਜਲਦੀ ਬਣ ਜਾਂਦੇ, ਕੋਈ ਆਲੂ ਹੁੰਦੇ ਟਾਈਮ ਲੱਗਦਾ, ਤੁਸੀਂ ਇੰਨਾ ਕੁ ਦੇਖ ਲੈਣਾ ਕਿ ਬਣ ਗਿਆ ਤਾਂ ਬਸ, ਉਸ ਤੋਂ ਬਾਅਦ ਚੈੱਕ ਕਰਦੇ ਰਹਿਣਾ ਵਿੱਚ ਵਿੱਚ ਆਪਾਂ ਇਹਨੂੰ। ਇੱਕ ਸਬਜ਼ੀ ਥੱਲੇ ਨਾ ਲੱਗੇ ਅਤੇ ਪਾਣੀ ਨਹੀਂ ਪਾਇਆ ਬਿਲਕੁਲ, ਮੈਂ ਗੈਸ ਨੂੰ ਘੱਟ ਕਰਕੇ ਢੱਕ ਕੇ ਪਕਾ ਲਈ ਆ, ਤਾਂ ਜਿਹੜਾ ਸਬਜ਼ੀ ਦਾ ਮੋਇਸਚਰ ਹੁੰਦਾ ਆ ਉਹਦੇ ਨਾਲ ਹੀ ਬਣ ਜਾਂਦੀ ਹੈ। ਥੋੜ੍ਹਾ ਜਿਹਾ ਪਾਣੀ ਪਾਇਆ ਹੁਣ ਮੈਂ, ਕਿਉਂਕਿ ਥੋੜ੍ਹੀ ਜਿਹੀ ਗ੍ਰੇਵੀ ਜੀ ਬਣ ਜਾਵੇ, ਬਹੁਤ ਸੁੱਕੀ ਜਿਹੀ ਸਬਜ਼ੀ ਨਾ ਰਹੇ, ਇਸ ਕਰਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਮਾੜੀ ਜਿਹੀ ਰਿਝਾ ਲੂੰਗੀ ਇਹਨੂੰ ਹੁਣ ਮੈਂ।
हुण मैं पाता थोड़ा जिहा गरम मसाला पाऊंगी, थोड़ा जिहा पाऊंगी किचन किंग मसाला, बस दो ही मसाले पाऊंगी इहदे विच। कसूरी मेथी मैं पाई नहीं क्योंकि मेथी विच पाई हुई आ, करारी जी सब्जी बनूगी। जिहड़ी मेथी आ इहदे नाल सब्जी दा काफ़ी करारी हो जाती है। अदरक ते मेथी पाई आ ना, गाजर की जिहड़ी मिठास आ मिठी जी नहीं रहिंदी हैगी, थोड़ी करारी जी हो जाती, सब्जी बहुत टेस्टी बनती है। सब्जी हो गई तैयार, हुण मैं कर दूंगी गैस बंद, सब्जी नूं ढक के रख दूंगी थोड़ी देर लई, और आपां चलदे आं परौंठिया वल। हुण आपां लैंदे आं परौंठा, आटा सिंपल ही गुन्नेया मैं, जिहड़ा आटा आपां बणाउंदे आं उही है आम जिहड़ा हुंदा गुन्न के रख्या होया उही गुन्नेया मैं। हुण इहदी रोटी वेलूंगी, बहुत ही पतली जी रोटी वेलनी, तुसीं पतली रोटी पूरी वेल लैनी है बस, मोटी नहीं रखनी हैगी। ਜਿਵੇਂ ਤੁਸੀਂ ਰੋਟੀ ਚੰਗੀ ਤਰ੍ਹਾਂ ਵੇਲੋਂਗੇ ਉਨੀ ਤੁਹਾਡੀਆਂ ਪਰਤਾਂ ਜਿਹੜੀਆਂ ਪਰਾਂਠੇ ਦੀਆਂ ਵਧੀਆ ਬਣਨਗੀਆਂ। ਸੌਖੇ ਜਿਹੇ ਤਰੀਕੇ ਨਾਲ ਹੀ ਬਣਾਇਆ ਆ, ਪੂਰੀ ਤਰ੍ਹਾਂ ਵੇਲ ਲੈਣਾ ਇਹਨੂੰ ਮੈਂ। ਇੱਥੇ ਲਾਉਂਗੀ ਹੁਣ ਮੈਂ ਘਿਓ ਲਾਉਂਗੀ, ਘਿਓ ਜਿਹੜਾ ਹੈਗਾ ਜੰਮਿਆ ਜਿਹਾ ਹੋਵੇ ਤਾਂ ਵਧੀਆ ਰਹਿੰਦਾ ਆ। ਜਿਵੇਂ ਤੁਸੀਂ ਪਰਤਾਂ ਜਿਹੀਆਂ ਜ਼ਿਆਦਾ ਬਣਾਉਣੀਆਂ ਨੇ ਘਿਓ ਜੰਮਿਆ ਯੂਜ਼ ਕਰੋ ਤੁਸੀਂ। ਸਾਰੇ ਪਾਸੇ ਚੰਗੀ ਤਰ੍ਹਾਂ ਫੈਲਾ ਲੈਣਾ ਘਿਓ ਨੂੰ। ਇਹ 'ਚ ਮੈਂ ਥੋੜ੍ਹਾ ਜਿਹਾ ਨਮਕ ਲਾਉਂ ਕਿਉਂਕਿ ਸਭ ਮਸਾਲਾ ਪਰਾਂਠਾ ਨਹੀਂ ਜ਼ਿਆਦਾ ਬਣਾਉਣਾ, ਆਪਾਂ ਸਬਜ਼ੀ ਨਾਲ ਖਾਣਾ ਆ ਇਹ, ਇਸ ਕਰਕੇ ਸਿਰਫ ਥੋੜ੍ਹਾ ਜਿਹਾ ਨਮਕ ਹੀ ਲਾਉਂਗੀ, ਥੋੜ੍ਹਾ ਜਿਹਾ ਆਟਾ ਛਿੜਕ ਕੇ ਉੱਪਰ ਸੁੱਕਾ, ਪਰਤਾਂ ਜਿਹੜੀਆਂ ਪਰੌਂਠੇ ਦੀਆਂ ਹੈਗੀਆਂ ਵਧੀਆ ਤਰ੍ਹਾਂ ਬਣ ਜਾਣ ਉਸ ਕਰਕੇ। ਅਤੇ ਥੋੜ੍ਹਾ ਜਿਹਾ ਪਾਉਂਗੀ ਨਮਕ, ਬਿਲਕੁਲ ਥੋੜ੍ਹਾ ਜਿਹਾ ਪਾਉਣਾ ਆ ਕਿਉਂਕਿ ਆਪਾਂ ਸਬਜ਼ੀ ਨਾਲ ਖਾਣਾ ਹੈਗਾ ਪਰਾਂਠਾ ਇਹ, ਇਸ ਕਰਕੇ। ਹੁਣ ਇਹਨੂੰ ਇਹਦੇ ਰੋਲ ਕਰ ਲੈਣਾ ਆ ਚੰਗੀ ਤਰ੍ਹਾਂ, ਇੱਕ ਇੱਕ ਸਟੈਪ ਦੇਖਣਾ ਹੈਗਾ ਤੁਸੀਂ, ਸਟੈਪ ਨੂੰ ਥੋੜ੍ਹਾ ਜਿਹਾ ਦਬਾ ਕੇ ਹੁਣ ਰੋਲ ਕਰਕੇ ਦਬਾ ਲੈਣਾ। ਸਭ ਤੋਂ ਸੌਖਾ ਤਰੀਕਾ ਇਹੀ ਆ, ਜ਼ਿਆਦਾ ਲੇਅਰਸ ਬਣਾਉਣ ਦਾ ਸਿੰਪਲ ਜਿਹਾ ਤਰੀਕਾ ਆ, ਕੋਈ ਔਖਾ ਨਹੀਂ ਹੈਗਾ। ਇਹਨੂੰ ਵਿਚਾਲਿਓਂ ਦੇਣਾ ਕੱਟ, ਹੁਣ ਕੱਟ ਕੇ ਇੱਦਾਂ ਜੋੜ ਲਾਂਗੇ। ਦੇਖੋ ਉੱਪਰ ਸਾਰੇ ਕਿੰਨੇ ਹਿੱਸੇ ਹੋ ਗਏ ਇਹਦੇ, ਇੰਨੀਆਂ ਪਰਤਾਂ ਬਣਨਗੀਆਂ ਹੁਣ ਇਹਦੀਆਂ। ਹੁਣ ਇਹਨੂੰ ਇੱਦਾਂ ਰੋਲ ਕਰਕੇ ਵੇਲ ਲੈਣਾ ਹੈਗਾ ਆਪਾਂ ਨੇ, ਜਿੰਨਾ ਕੁ ਪਰੌਂਠਾ ਤੁਸੀਂ ਕਈ ਵਾਰੀ ਮੋਟਾ ਖਾਂਦੇ ਪਤਲਾ ਖਾਂਦੇ ਆ, ਸਹੀ ਜਿਹਾ ਰੱਖਣਾ, ਮੀਡੀਅਮ ਜਿਵੇਂ ਨਾ ਮੋਟਾ ਰੱਖੂੰਗੀ ਨਾ ਜ਼ਿਆਦਾ ਪਤਲਾ ਕਰੂੰਗੀ, ਠੀਕ ਹੈ। ਜਿਵੇਂ ਪਰੌਂਠਾ ਹੁੰਦਾ ਹੈਗਾ ਸਿੰਪਲ ਉੱਦਾਂ ਦਾ ਬਣਾਉਂਗੀ। ਇਹਨੂੰ ਵੇਲ ਲੂੰਗੀ ਹੁਣ ਮੈਂ, ਆਹ ਦੇਖੋ ਜਿਹੜਾ ਹੁਣ ਵੇਲਣਾ, ਜਿਹੜਾ ਪਰਤਾਂ ਵਾਲਾ ਪਾਸਾ ਆ ਪਰੌਂਠੇ ਦਾ, ਇਹਨੂੰ ਉੱਪਰ ਕਰਕੇ ਅਤੇ ਦੂਸਰਾ ਪਾਸਾ ਹੇਠਾਂ ਕਰਕੇ ਪਾਉਣਾ ਹੈਗਾ, ਤਵੇ 'ਤੇ ਪਾਉਣਾ। ਜਦੋਂ ਆਪਾਂ ਜਿਹੜੇ ਪਾਸੇ ਜ਼ਿਆਦਾ ਪਰਤਾਂ ਆਈਆਂ ਸੀ ਉਹਨੂੰ ਉੱਪਰ ਕਰ ਲੈਣਾ, ਦੂਜਾ ਪਾਸਾ ਹੇਠਾਂ ਕਰਕੇ ਪਾਉਣਾ। ਇਹ ਤੁਸੀਂ ਧਿਆਨ ਰੱਖਣਾ ਹੈਗਾ ਤਵੇ 'ਤੇ ਕਿੱਦਾਂ ਪਾਉਣਾ ਪਰੌਂਠਾ। ਆਹ ਦੇਖੋ ਹੁਣ ਥੋੜ੍ਹਾ ਜਿਹਾ ਬਣ ਗਿਆ, ਉਲਟਾ ਤਾ ਮੈਂ, ਹੁਣ ਇਹਦੇ ਉੱਪਰ ਲਾਉਂਗੀ ਘਿਓ। ਇੱਕ ਇੱਕ ਪਰਤ ਖੁੱਲ੍ਹ ਜਾਣੀ, ਤੁਸੀਂ ਦੇਖਿਓ ਬਹੁਤ ਸੋਹਣਾ ਪਰੌਂਠਾ ਬਣ ਜਾਂਦਾ ਹੈ। ਹੁਣ ਦੂਸਰੇ ਪਾਸੇ ਵੀ ਲਾ ਦੂੰਗੀ ਥੋੜ੍ਹਾ ਜਿਹਾ, ਦੇਖੋ ਬਿਲਕੁਲ ਵਧੀਆ ਪਰੌਂਠਾ ਬਣ ਕੇ ਤਿਆਰ ਹੋ ਗਿਆ। ਦੇਖੋ ਪਰਤਾਂ ਦੇਖੋ ਕਿੱਦਾਂ ਖੁੱਲ੍ਹ ਜਾਣੀਆਂ ਨੇ ਇਹਦੀਆਂ, ਖਾਵਾਂਗੇ ਤਾਂ ਇੱਕ ਇੱਕ ਬੁਰਕੀ ਤੋੜੋ ਤਾਂ ਪਰਤਾਂ ਹੀ ਪਰਤਾਂ ਆਉਂਦੀਆਂ ਨੇ ਵਿੱਚ, ਬਹੁਤ ਟੇਸਟੀ ਲੱਗਦਾ ਕਿਧਰੇ ਜਿਹਾ ਪਰੌਂਠਾ। ਦੇਖੋ ਦੇਖੋ ਸਬਜ਼ੀ ਹੋ ਗਈ ਆਪਣੀ ਤਿਆਰ, ਪਰੌਂਠਾ ਨਾਲ ਅਦਰਕ ਦਾ ਅਚਾਰ ਮਿਰਚ ਦਾ ਬਹੁਤ ਹੀ ਟੇਸਟੀ ਕੰਬੀਨੇਸ਼ਨ ਹੈਗਾ ਆ, ਮਜ਼ਾ ਆ ਰਿਹਾ ਖਾ ਕੇ। ਤੁਸੀਂ ਜ਼ਰੂਰ ਇੱਦਾਂ ਬਣਾਓ ਅਤੇ ਪਲੀਜ਼ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ, ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੈਨੂੰ ਦੱਸੋ ਕਿ ਤੁਹਾਡੀ ਸਬਜ਼ੀ ਕਿੱਦਾਂ ਦੀ ਬਣੀ ਆ ਔਰ ਪਰੌਂਠਾ ਬਣਿਆ ਕਿ ਨਹੀਂ ਇੱਦਾਂ ਦਾ। ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਬਾਏ ਬਾਏ।